नामवर गायक ते एक्टर सुरिंदर शिंदा जी इस संसार विच नहीं रहे, उन्हां दा देहांत हो गया। वह लगभग 70 वरियां दे सी। उन्हां ने हमेशा ही अपनी साफ सुथरी गायकी दे नाल लोगों का मनोरंजन किया ते पंजाबी मां बोली की सेवा की। उन्होंने देश के नाल नाल विदेशों तक भी पंजाबी मां बोली नूं पहुँचाया ते बहुत वड्डी गिनती विच उन्हां दे पूरी दुनिया विच फैन आ। सो सुरिंदर शिंदा जी दे संसार विच चले जाना जिथे उन्हां दे परिवार नूं वड्डा घाटा पिया, नाल दी नाल आपां कह सकदे हां कि उन्हां दे संसार विच चले जाने नाल पंजाबी म्यूजिक इंडस्ट्री नूं ते उन्हां दे चाहुण वालिआं नूं भी बहुत वड्डा घाटा पिया। सो सुरिंदर शिंदा जी की मौत का की कारण आ, आपां उस बारे भी पूरे विस्तार दे विच गलबात करांगे। सो सुरिंदर शिंदा जी नूं श्रद्धांजलि देने लई आपां उन्हां दे जीवन ते आधारित बायोग्राफी वीडियो लैके हाजिर होए हां ते आपां इस वीडियो विच इह वी गल करांगे कि उन्हां दे देहांत का की कारण आ। सो तुसीं वीडियो नूं शुरू तों लैके अंत तक जरूर देखियो ते तुसीं गायक सुरिंदर शिंदा जी नूं श्रद्धांजलि देने लई चलदी वीडियो नूं लाइक करके कमेंटां विच वाहिगुरू जी लिख के उन्हां दी आत्मा की शांति लई अरदास जरूर करो। सो दोस्तों तुहाडा ज़्यादा समां ना लेंदे होए आओ आपां सब तों पहलां गायक सुरिंदर शिंदा जी दे जीवन ते इक झात मारदे हां। सुरिंदर शिंदा का जन्म 20 मई 1953 नूं माता विद्यावती दी कुखों ते पिता उस्ताद मिस्त्री बचन राम दे घर पिंड छोटी इयाली लुधियाणा पंजाब विखे होया ते उन्हां दे माता पिता ने उन्हां दा नाम रख्या सुरिंदर पाल धामी। सुरिंदर शिंदा नूं बचपन तों ही सिंगिंग दा बहुत ज़्यादा शौक सी क्योंकि उन्हां दे घर विच ही सिंगिंग दा माहौल सी। उन्हां दे पिता उस्ताद मिस्त्री बचन राम बहुत ही वधिया क्लासिकल सिंगर सन। इस तों बिना उन्हां दे नाना जी भी बहुत ही वधिया फोक सिंगर सन। इस तों तुसीं इह अंदाजा ला सकदे हो कि सुरिंदर शिंदा जी नूं बचपन तों ही घर विच ही सिंगिंग दा माहौल मिलिया ਤਾਂ ਉਹਨਾਂ ਨੇ ਬਚਪਨ ਵਿੱਚ ਹੀ ਸਿੰਗਿੰਗ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਸੁਰਿੰਦਰ ਸ਼ਿੰਦਾ ਜੀ ਨੇ ਆਪਣੀ ਮੁੱਢਲੀ ਵਿੱਦਿਆ ਗੌਰਮੈਂਟ ਪ੍ਰਾਇਮਰੀ ਸਕੂਲ ਹਾਥਾ ਸ਼ੇਰ ਜੰਗ ਲੁਧਿਆਣਾ ਤੋਂ ਪੂਰੀ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਨੇ ਗੌਰਮੈਂਟ ਮਲਟੀਪਰਪਜ਼ ਸਕੂਲ ਲੁਧਿਆਣਾ ਵਿਖੇ ਦਾਖਲਾ ਲਿਆ ਤੇ ਆਪਣੀ ਸਕੂਲਿੰਗ ਪੂਰੀ ਕੀਤੀ। ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ SIS ਲੁਧਿਆਣਾ ਵਿਖੇ ਸ਼ਾਰਟ ਇੰਜੀਨੀਅਰਿੰਗ ਵਿੱਚ ਮਕੈਨੀਕਲ ਦੀ ਪੜ੍ਹਾਈ ਪੂਰੀ ਕੀਤੀ ਤੇ ਮਕੈਨੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿਖੇ ਜੌਬ ਕੀਤੀ। ਪਰ ਉਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ, ਇਸ ਕਰਕੇ ਉਹਨਾਂ ਨੇ ਸਿੰਗਿੰਗ ਨੂੰ ਹੀ ਆਪਣਾ ਕਰੀਅਰ ਬਣਾਉਣ ਦਾ ਸੋਚਿਆ। ਇਸੇ ਕਰਕੇ ਹੀ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਿੰਗਿੰਗ ਦੀਆਂ ਹੋਰ ਵੀ ਬਰੀਕੀਆਂ ਚੰਗੀ ਤਰ੍ਹਾਂ ਸਮਝਣਗੇ। ਇਸੇ ਲਈ ਹੀ ਉਹਨਾਂ ਨੇ ਉਸਤਾਦ ਜਸਵੰਤ ਭਮਰਾ ਜੀ ਨੂੰ ਉਸਤਾਦ ਧਾਰਿਆ ਤੇ ਉਹਨਾਂ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆਂ। ਤੇ ਦੋਸਤੋ ਜੇਕਰ ਆਪਾਂ ਉਹਨਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੈਰਿਜ ਹੋਈ ਬੀਬੀ ਜੋਗਿੰਦਰ ਕੌਰ ਨਾਲ ਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ। ਉਹਨਾਂ ਦੇ 2 ਬੇਟੇ ਨੇ ਤੇ 2 ਬੇਟੀਆਂ ਨੇ। ਉਹਨਾਂ ਦੇ ਬੇਟਿਆਂ ਦਾ ਨਾਮ ਹੈ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ। ਮਨਿੰਦਰ ਸ਼ਿੰਦਾ ਵੀ ਇੱਕ ਬਹੁਤ ਹੀ ਵਧੀਆ ਪੰਜਾਬੀ ਸਿੰਗਰ ਨੇ ਤੇ ਉਹਨਾਂ ਦੀਆਂ ਬੇਟੀਆਂ ਦਾ ਨਾਮ ਹੈ ਮੀਨਾ ਤੇ ਨੀਨੂ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੇ 뮤직 ਕਰੀਅਰ ਬਾਰੇ। ਸੁਰਿੰਦਰ ਸ਼ਿੰਦਾ ਜੀ ਦਾ ਪਹਿਲਾ ਗੀਤ ਆਇਆ ਸੀ ਉੱਚਾ ਬੁਰਜ ਲਾਹੌਰ ਦਾ, ਜਿਸ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ। ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ। ਇਸ ਤੋਂ ਬਾਅਦ 1979 ਵਿੱਚ ਉਹਨਾਂ ਦੀ ਐਲਬਮ ਆਈ ਰੱਖ ਲੈ ਕੈਲੰਡਰ ਯਾਰਾ, ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਇਹ ਐਲਬਮ ਸੁਪਰ ਹਿੱਟ ਹੋਈ। ਹੁਣ ਤੱਕ ਸੁਰਿੰਦਰ ਸ਼ਿੰਦਾ ਜੀ ਦੀਆਂ 40 ਤੋਂ ਵੀ ਵੱਧ ਐਲਬਮਸ ਮਾਰਕੀਟ ਵਿੱਚ ਆ ਚੁੱਕੀਆਂ ਤੇ ਉਹਨਾਂ ਦੀਆਂ ਜ਼ਿਆਦਾਤਰ ਐਲਬਮਸ ਸੁਪਰ ਹਿੱਟ ਰਹੀਆਂ। ਜੇ ਦੋਸਤੋ ਉਹਨਾਂ ਦੇ ਆਪਾਂ ਹਿੱਟ ਸੌਂਗਸ ਦੀ ਗੱਲ ਕਰੀਏ ਤਾਂ ਜੱਟ ਜਾਉਣਾ ਮੋੜ, ਪੁੱਤ ਜੱਟਾਂ ਦੇ, ਟਰੱਕ ਬੱਲੀਏ, ਬਲਵੀਰੋ ਭਾਬੀ, ਬਦਲਾ ਲੈ ਲਈ ਸੋਹਣਿਆ, ਇਹ ਗੀਤ ਸੁਪਰ ਹਿੱਟ ਹੋਏ ਤੇ ਇਹ ਗਾਣੇ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ ਤੇ ਆ। ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸੁਰਿੰਦਰ ਸ਼ਿੰਦਾ ਜੀ ਦੇ ਫਿਲਮੀ ਕਰੀਅਰ ਬਾਰੇ। ਦੋਸਤੋ ਸੁਰਿੰਦਰ ਸ਼ਿੰਦਾ ਜੀ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਜਿੰਨਾ ਵੀ ਫਿਲਮਾਂ ਵਿੱਚ ਕੰਮ ਕੀਤਾ ਜ਼ਿਆਦਾਤਰ ਫਿਲਮਾਂ ਉਹ ਸੁਪਰ ਹਿੱਟ ਰਹੀਆਂ। ਉਹਨਾਂ ਨੇ ਪੁੱਤ ਜੱਟਾਂ ਦੇ, ਉੱਚਾ ਦਰ ਬਾਬੇ ਨਾਨਕ ਦਾ, ਅਣਖ ਜੱਟਾਂ ਦੀ, ਬਦਲਾ ਜੱਟੀ ਦਾ, ਪਟੋਲਾ ਅਤੇ ਇਸ ਤੋਂ ਬਿਨਾਂ ਵੀ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਹੜੀਆਂ ਸੁਪਰ ਹਿੱਟ ਹੋਈਆਂ। ਉਸ ਤੋਂ ਸੁਰਿੰਦਰ ਸ਼ਿੰਦਾ ਜੀ ਨੂੰ ਹੁਣ ਤੱਕ ਬਹੁਤ ਸਾਰੇ ਅਵਾਰਡਸ ਮਿਲ ਚੁੱਕੇ ਆ। ਜੇ ਆਪਾਂ ਉਹਨਾਂ ਦੇ ਮੇਨ ਅਵਾਰਡਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪੰਜਾਬ ਗੌਰਵ ਰਤਨ ਅਵਾਰਡ ਕਲਾ ਪ੍ਰੀਸ਼ਦ ਵੱਲੋਂ ਮਿਲਿਆ। ਇਸ ਤੋਂ ਬਿਨਾਂ ਉਹਨਾਂ ਨੂੰ ਸ਼੍ਰੋਮਣੀ ਗਾਇਕ ਅਵਾਰਡ,
पंजाब गौरमेंट वालों मिल चुकिया, पंजाबी फोक अवार्ड मिलिया उन्हां नूं पंजाब सर्कल इंटरनेशनल यूके वालों। सो दोस्तों हुण आपां गल करदे हां कि गायक सुरेंद्र शिंदा जी की मौत का असल कारण की रहा। तो दोस्तों तुहानूं दस दईए कि वह पिछले कुछ समय तो बीमार चल रहे थे, इसे कारण वह दीप होस्पिटल लुधियाना विखे भी भर्ती सी। पिछले दिन अफवाह भी फैली सी कि उन्हां दा देहांत हो गया, पर उस समय उन्हां दे बेटे मनिंदर शिंदे ने यह गल क्लीयर की कि उन्हां दे पिता जी बीमार जरूर आ, पर वह पहलां तो रिकवर कर रहे आ, ठीक हो रहे आ। पर दोस्तों डॉक्टर ने बहुत कोशिशां कीतियां, फिर भी जो उन्हां दी बीमारी सी ठीक नहीं हो सकी, तो ज़्यादा सेहत खराब होने कारण उन्हां दा देहांत हो गया। तो वह इस संसार नूं हमेशा लई अलविदा कह गए। चाहे सुरेंद्र शिंदा जी इस संसार विच नहीं रहे, पर उन्हां दे गीत हमेशा अमर रहणगे ते रहिंदी दुनिया तक लोग उन्हां नूं याद करदे रहणगे। सो दोस्तों असीं भी अपने चैनल साडी पूरी टीम वल्लों महान गायक सुरेंद्र शिंदा जी नूं श्रद्धांजलि दिंदे ते वाहिगुरू जी अगे इही अरदास करांगे कि वाहिगुरू जी उन्हां दी आत्मा नूं शांति बख्शन ते परिवार नूं भाणा मनन दा बल बख्शन। सो दोस्तों तुसीं सुरेंद्र शिंदा जी नूं श्रद्धांजलि देने लई कमेंटां विच वाहिगुरू जी लिख के उन्हां दी आत्मा दी शांति लई अरदास जरूर करियो, ते इस वीडियो नूं वध तों वध शेयर जरूर कर दिओ ता जो ज्यादा तो ज्यादा नौजवान जिहड़े जां लोक आ उह गायक सुरेंद्र शिंदा जी दे जीवन ते संघर्ष बारे जाण सकण कि उन्होंने किन्नी मेहनत नाल इस मुकाम नूं हासिल कीता ते पंजाबी मां बोली दा नाम पूरी दुनिया विच रोशन कीता। इस महान गायक ते एक्टर नूं असीं श्रद्धांजलि दिंदे आ। सो दोस्तों मिलते हैं किसी होर वीडियो नाल, सत श्री अकाल जी।